ਸੀ ਕਿ ਇਸ ਵਾਰੀ ਪੰਜਾਬ 'ਚ ਇਲੈਕਸ਼ਨ 'ਚ ਲੋਕ ਇਕੱਠੇ ਹੁੰਦੇ ਨਜ਼ਰ ਆ ਰਹੇ ਸੀ, ਬਦਲਾਵ ਹੋਇਆ ਵੀ, ਲੇਕਿਨ ਜਿੰਨੀ ਉਮੀਦ ਸੀ ਉਹ ਉਮੀਦ ਤੋਂ ਥੋੜ੍ਹਾ ਜਿਹਾ ਡਿਫਰੈਂਟ ਲੱਗਾ। ਇਹਦੇ ਬਾਰੇ ਤੁਹਾਨੂੰ ਕੀ ਲੱਗਦਾ ਕਿ ਕਿੰਨਾ ਕੁ ਟਾਈਮ ਸਮਾਂ ਹੋਰ ਲੱਗੇਗਾ ਜਾਂ ਕਿ ਬਹੁਤ ਸਮਾਂ ਲੱਗੇਗਾ ਕਿ ਲੋਕ ਫਿਰ ਵਾਪਸ ਆਪਣੇ ਸ਼ੈਲ 'ਚ ਚਲੇ ਗਏ ਕਿ ਨਹੀਂ ਯਾਰ ਦੁਨੀਆ ਦਾ ਇਹਦਾ ਕੁਛ ਨਹੀਂ ਬਦਲ, ਇੱਦਾਂ ਹੀ ਚੱਲੀ ਜਾਣਾ, ਕੁਛ ਨਹੀਂ ਬਦਲਣਾ, ਇਹੋ ਜਿਹੀ ਫੀਲਿੰਗ ਵੀ ਕਦੇ ਕਦੇ ਆਉਂਦੀ ਹੈ। ਮੈਂ ਕਿਸੇ ਪਾਰਟੀ ਨਾਲ ਨਹੀਂ ਜੁੜਿਆ ਹੋਇਆ ਹੈਗਾ ਤੇ ਮੈਨੂੰ ਲੱਗਦਾ ਕਿ ਮੈਂ ਪੱਤਰਕਾਰੀ ਦੇ ਵਿੱਚ ਹੀ ਭਵਿੱਖ ਵਿੱਚ ਵੀ ਪੱਤਰਕਾਰੀ ਦੇ ਨਾਲ ਹੀ ਜੁੜਿਆ ਰਹਾਂਗਾ। ਮੈਂ ਆਮ ਆਦਮੀ ਪਾਰਟੀ ਦੇ ਨਾਲ ਨਹੀਂ ਜੁੜਿਆ ਹੋਇਆ, ਮੈਂ ਅਕਾਲੀ ਦਲ ਅੰਮ੍ਰਿਤਸਰ ਦੇ ਨਾਲ ਨਹੀਂ ਜੁੜਿਆ ਹੋਇਆ, ਮੈਂ ਕਾਂਗਰਸ ਦੇ ਨਾਲ ਨਹੀਂ ਜੁੜਿਆ ਹੋਇਆ। ਜਦੋਂ ਸਿਆਸੀ ਤੌਰ ਦੇ ਉੱਤੇ ਸਰਗਰਮੀਆਂ ਹੁੰਦੀਆਂ ਨੇ ਮੇਰੇ ਆਲੇ ਦੁਆਲੇ ਤਾਂ ਨਿਰਸੰਦੇਹ ਮੈਂ ਕਿਸੇ ਨਾ ਕਿਸੇ ਪਾਰਟੀ ਦੀ ਕਿਸੇ ਚੰਗੀ ਗੱਲ ਦੇ ਨਾਲ ਵੀ ਜੁੜ ਜਾਂਦਾ, ਨਿਰਸੰਦੇਹ ਤੁਸੀਂ ਵੀ ਜੁੜ ਜਾਂਦੇ ਹੋਵੋਗੇ, ਹਰ ਕੋਈ ਬੰਦਾ ਜੁੜਦਾ। ਤੇ ਇਹਦੇ ਚ ਅਸੀਂ ਦੇਖਿਆ ਕਿ ਉਹ ਸਿਆਸੀ ਸਰਗਰਮੀਆਂ ਚੋਂ ਲੰਘਦੇ ਹੋਏ ਪੰਜਾਬ ਚ ਵੋਟਾਂ ਪਈਆਂ, ਉੱਤਰ ਪ੍ਰਦੇਸ਼ ਚ ਵੋਟਾਂ ਪਈਆਂ, ਹੋਰ ਕਈ ਥਾਵਾਂ ਤੇ ਵੋਟਾਂ ਪਈਆਂ ਤੇ ਉਹਨਾਂ ਦੇ ਨਤੀਜੇ ਆਏ। ਫੇਸ ਟੂ ਫੇਸ ਕਈ ਲੋਕਾਂ ਨੂੰ ਮਿਲੇ, ਲੀਡਰਾਂ ਨੂੰ ਮਿਲੇ, ਵੋਟਰਾਂ ਨੂੰ ਮਿਲੇ, ਉਹਨਾਂ ਦੇ ਨਾਲ ਰੂਬਰੂ ਹੋਣ ਦਾ ਮੌਕਾ ਮਿਲਿਆ, ਉਹਨਾਂ ਦੇ ਨਾਲ ਵਿਚਾਰ ਸਾਂਝੇ ਕਰਨ ਦਾ ਮੌਕਾ ਮਿਲਿਆ, ਇੱਕ ਲਹਿਰ ਬਣੀ ਦੇਖੀ, ਲਹਿਰ ਦੇ ਵਿੱਚ ਇੱਕ ਉਤਸ਼ਾਹ ਦੇਖਿਆ ਤੇ ਉਸ ਉਤਸ਼ਾਹ ਦੇ ਵਿੱਚੋਂ ਇਹ ਜਾਪਦਾ ਸੀ ਕਿ ਜਿਹੜਾ ਨਤੀਜਾ ਹੁਣ ਨਿਕਲਿਆ ਇਹ ਨਤੀਜਾ ਨਹੀਂ ਹੋ ਸਕਦਾ ਹੈਗਾ, ਇਹ ਨਤੀਜਾ ਹੋ ਹੀ ਨਹੀਂ ਸਕਦਾ। ਉੱਤਰ ਪ੍ਰਦੇਸ਼ ਦੇ ਵਿੱਚ ਵੀ ਮੈਂ ਕੁਛ ਥਾਵਾਂ ਤੇ ਗਿਆ, ਉੱਥੇ ਵੀ ਮੈਂ ਦੇਖਿਆ ਕਿ ਜਿਹੜਾ ਨਤੀਜਾ ਹੁਣ ਆਇਆ ਇਹ ਨਹੀਂ ਸੀ। ਉੱਥੇ ਮੈਂ ਮਾਇਆਵਤੀ ਦੀ ਲਹਿਰ ਦੇਖੀ ਉੱਤਰ ਪ੍ਰਦੇਸ਼ ਦੇ ਵਿੱਚ, ਮਾਇਆਵਤੀ ਦੀ ਲਹਿਰ ਦੇ ਚੱਲਦਿਆਂ ਹੋਇਆ ਇਹ ਮੀਡੀਆ ਵੀ, ਮੇਨ ਸਟ੍ਰੀਮ ਮੀਡੀਆ ਵੀ ਤੇ ਉੱਥੋਂ ਦੇ ਦੂਜੇ ਸਿਆਸੀ ਹਲਕੇ ਵੀ ਇਹ ਗੱਲ ਨੂੰ ਸ਼ਿੱਦਤ ਦੇ ਨਾਲ ਮਹਿਸੂਸ ਕਰਨ ਲੱਗੇ ਸਨ ਕਿ ਮਾਇਆਵਤੀ ਸਰਕਾਰ ਬਣਾਉਣ ਜਾ ਰਹੀ ਹੈ ਉੱਤਰ ਪ੍ਰਦੇਸ਼ ਦੇ ਵਿੱਚ ਜੀ। ਤੇ ਪੰਜਾਬ ਦੇ ਵਿੱਚ ਅਸੀਂ ਦੇਖਦੇ ਸੀ ਕਿ ਇੱਕ ਵੱਡੇ ਪੱਧਰ ਦੇ ਉੱਤੇ ਨਵੀਂ ਪਾਰਟੀ ਜਿਹੜੀ ਹੈ ਉਹ ਸਰਕਾਰ ਫਾਰਮ ਕਰੂਗੀ ਆਪਣੀ, ਪਰ ਨਤੀਜੇ ਨੇ ਜਿਹੜੇ ਇਹਨਾਂ ਦੋਵਾਂ ਸਟੇਟਾਂ ਦੇ ਵਿੱਚ ਬਿਲਕੁਲ ਉਲਟ ਨੇ ਜੀ। ਸੋ ਇਹਦੇ 'ਚ ਮੈਂ ਸਿੱਧੇ ਤੌਰ ਦੇ ਉੱਤੇ ਤੇ ਸੁਪਰੀਮ ਕੋਰਟ ਨੇ ਵੀ ਮੰਨੀ ਆ ਇਹ ਗੱਲ ਜੀ, ਸਿੱਧੇ ਤੌਰ ਦੇ ਉੱਤੇ ਇਹ ਗੱਲ ਕਹਿਣਾ ਕਿ ਵੋਟਿੰਗ ਮਸ਼ੀਨਾਂ ਨੇ ਜਿਹੜੀਆਂ ਜੀ ਉਹਨਾਂ ਦੇ ਰਾਹੀਂ ਹੀ ਜਿਹੜੇ ਨੇ ਉਹ ਰਾਜ ਨੇ ਜਿਹੜੇ ਸਿਸਟਮ ਨੂੰ ਚੈਲੰਜ ਕਰਦੇ ਹੋਣ ਜੀ ਉਹਨਾਂ ਨੂੰ ਸੱਤਾ ਦੇ ਵਿੱਚ ਆਉਣ ਤੋਂ ਰੋਕਿਆ ਗਿਆ ਜੀ। ਇਹ ਗੱਲ ਮੈਂ ਖੁੱਲੇ ਰੂਪ 'ਚ ਕਹਿਣਾ, ਮੈਂ ਕੱਲ ਵੀ ਕਹਿੰਦਾ ਸੀ ਅੱਜ ਵੀ ਕਹਿ ਰਿਹਾ ਜੀ, ਤੇ ਮੈਂ ਉਦੋਂ ਤੱਕ ਕਹੂੰਗਾ ਜਦੋਂ ਤੱਕ ਇਹ ਸਿਸਟਮ ਇਸ ਤਰ੍ਹਾਂ ਦਾ ਹੈਗਾ ਜੀ। ਔਰ ਮੇਰਾ ਸਵਾਲ ਵੀ ਇਹੀ ਸੀ, ਮੇਰੇ ਕਹਿਣ ਦਾ ਮਤਲਬ ਖੁਦ ਮੈਂ ਇਸ ਗੱਲ 'ਚ ਵਿਸ਼ਵਾਸ ਰੱਖਦਾ ਕਿ ਸਿਆਸੀ ਪਾਰਟੀਆਂ ਜਿਹੜੀਆਂ ਆ ਉਹਨਾਂ ਨਾਲ ਜੁੜਨ ਦੀ ਬਜਾਏ ਜੇ ਲੋਕਾਂ ਨੂੰ ਜਾਗਰੂਕ ਕੀਤਾ ਜਾਵੇ ਪੱਤਰਕਾਰਿਤਾ ਦੇ ਤੌਰ 'ਤੇ ਜਾਂ ਹੋਰ ਚੰਗੇ ਲੋਕ ਅੱਗੇ ਆਉਣ ਤਾਂ ਲੋਕਾਂ ਨੂੰ ਸਮਝ ਲੱਗੇਗੀ ਕਿ ਸਿਸਟਮ ਚੱਲਦਾ ਕਿਵੇਂ ਆ, ਔਰ ਤਾਂ ਲੋਕ ਸਮਝ ਕੇ ਆਪਣੇ ਮਤ ਦੇ ਨਾਲ ਵੋਟਿੰਗ ਕਰਨ ਅਤੇ ਆਪਣੇ ਮੁਤਾਬਕ ਚੰਗੇ ਲੋਕਾਂ ਨੂੰ ਅੱਗੇ ਲੈ ਕੇ ਆਉਣ। ਉਹ ਜਿਹੜਾ ਅਰਸਾ ਉਮੀਦ ਖਤਮ ਹੁੰਦੀ ਨਜ਼ਰ ਆਉਂਦੀ ਹੈ, ਜਿਹੜੀ ਮੈਂ ਖੁਦ ਤੁਹਾਡੇ ਨਾਲ ਸਹਿਮਤ ਹਾਂ ਕਿ ਮਸ਼ੀਨਾਂ ਵਿੱਚ ਟ੍ਰਾਂਸਪੇਰੈਂਸੀ ਨਹੀਂ ਹੈ ਔਰ ਉਹਨੂੰ ਇਲੈਕਟ੍ਰੋਨਿਕ ਡਾਟਾ ਨੂੰ ਬੜੀ ਈਜ਼ੀਲੀ ਮੈਨੂਪੁਲੇਟ ਕੀਤਾ ਜਾ ਸਕਦਾ ਔਰ ਕੀਤਾ ਗਿਆ ਜੀ। ਸੋ ਦੇਖੋ ਮੈਂ ਤੁਹਾਨੂੰ ਦੱਸਦਾ ਕਿ ਬਿਲਕੁਲ ਦੋ ਤਿੰਨ ਗੱਲਾਂ ਮੈਂ ਤੁਹਾਨੂੰ ਦੱਸੀਆਂ, ਇੱਕ ਕਾਰਲ ਮਾਰਕਸ ਦੇ ਸਿਧਾਂਤ ਦੀ ਗੱਲ ਕੀਤੀ ਹੈ ਜੀ, ਦੂਜੀ ਗੱਲ ਕੀਤੀ ਮੈਂ ਗਾਲ ਦੀ ਤੇ ਜ਼ਿੰਦਾਬਾਦ ਮੁਰਦਾਬਾਦ ਦੇ ਨਾਰੇ ਦੀ, ਤੀਜੀ ਗੱਲ ਕੀਤੀ ਮੈਂ ਸੋਸ਼ਲ ਮੀਡੀਆ ਦੀ।
ਤੇ ਇਹਨਾਂ ਨੂੰ ਮੈਂ ਆਪਸ ਦੇ ਵਿੱਚ ਮੇਲ ਕੇ ਦੇਖਦਾ, ਇਹ ਨਸ਼ਾ ਸਾਡੇ ਲਈ ਹੋ ਗਿਆ, ਅਸੀਂ ਨਸ਼ੇ ਤੇ ਲੱਗ ਗਏ ਹਾਂ, ਤੇ ਇਹ ਜਿਹੜਾ ਸਿਸਟਮ ਹੈ, ਜਿਹੜੀ ਗੱਲ ਆਪਾਂ ਕਰ ਰਹੇ ਹੁਣ, ਇਹ ਬਹੁਤ ਜ਼ਿਆਦਾ ਸੰਜੀਦਾ ਕਿਸਮ ਦੀ ਗੱਲ ਹੈ ਕਿ ਕੀ ਹੁਣ ਸਵਾਲ ਖੜਾ ਹੁੰਦਾ ਕਿ ਜੋ ਅਸੀਂ ਸੋਸ਼ਲ ਮੀਡੀਆ ਤੇ ਰੌਲਾ ਪਾ ਰਹੇ ਹਾਂ, ਜੋ ਅਸੀਂ ਇਸ ਵੇਲੇ ਪ੍ਰੋਗਰਾਮ ਕਰ ਰਹੇ ਹਾਂ ਲੋਕਾਂ ਨੂੰ ਜਾਗਰੂਕ ਕਰਨ ਦੇ ਲਈ, ਕਿਉਂਕਿ ਇਹਦਾ ਬੇਸ ਤਾਂ ਉਹੀ ਹੈ ਨਾ ਜੀ, ਤੁਸੀਂ ਮੈਨੂੰ ਆਨਲਾਈਨ ਇਸ ਕਰਕੇ ਗੱਲ ਕਰ ਰਹੇ ਹੋ, ਆਪਣੇ ਦਰਸ਼ਕਾਂ ਦੇ ਰੂਬਰੂ ਕਰ ਰਹੇ ਹੋ ਕਿ ਅਸੀਂ ਕੁਛ ਉਹਨਾਂ ਤੱਕ ਸਹੀ ਜਾਣਕਾਰੀ ਮੁਹੱਈਆ ਕਰ ਸਕੀਏ, ਉਹਨਾਂ ਨੂੰ ਕੁਛ ਦੇ ਸਕੀਏ ਜੀ, ਪਰ ਲੋਕਾਂ ਨੂੰ ਜਾਗਰੂਕ ਕਰ ਸਕੀਏ। ਲੋਕ ਮੈਨੂੰ ਲੱਗਿਆ ਕਿ 45% 50% ਲੋਕ ਨੇ ਜਿਹੜੇ ਪੰਜਾਬ ਦੇ, ਉਹ ਜਨਵਰੀ 2017 ਦੇ ਵਿੱਚ ਪੂਰੇ ਜਾਗਰੂਕ ਸਨ ਜੀ, ਪਰ ਇਹ 45-50% ਜਿਹੜੀ ਲੋਕਾਂ ਦੀ ਗਿਣਤੀ ਹੈ ਜੀ, ਇੰਨੀ ਵੱਡੀ ਪੱਧਰ ਦੇ ਉੱਤੇ ਜਾਗਰੂਕਤਾ ਦੀ, ਜੇ ਉਹ ਕੋਈ ਨਤੀਜਾ ਨਹੀਂ ਦੇ ਸਕੀ, ਜੇ ਉਹ ਨਤੀਜਾ ਮੈਨੂਪੁਲੇਟ ਹੋ ਗਿਆ ਜੀ, ਜੇ ਉਸ ਨੂੰ ਮੈਨੇਜ ਕਰ ਲਿਆ ਗਿਆ ਜੀ, ਤਾਂ ਫਿਰ ਭਵਿੱਖ ਦੇ ਵਿੱਚ ਕੀ ਹੋ ਸਕਦਾ। ਉਹ 45-50% ਲੋਕਾਂ ਨੇ ਨਾ ਤਾਂ ਗੋਲੀ ਚਲਾਈ ਜੀ, ਨਾ ਕੋਈ ਹਿੰਸਕ ਕਾਰਵਾਈ ਦੇ ਵਿੱਚ ਹਿੱਸਾ ਲਿਆ ਜੀ, ਨਾ ਉਹਨਾਂ ਨੇ ਕੋਈ ਸਾੜ ਫੂਕ ਕੀਤੀ ਜੀ, ਨਾ ਉਹਨਾਂ ਨੇ ਕਿਸੇ ਸਰਕਾਰੀ ਦਫ਼ਤਰ ਤੇ ਕਬਜ਼ਾ ਕੀਤਾ ਜੀ, ਨਾ ਕਿਸੇ ਦੇ ਨਾਲ ਕੁੱਟਮਾਰ ਕੀਤੀ ਕਿਸੇ ਵਿਰੋਧੀ ਧਿਰ ਦੇ ਲੀਡਰ ਦੇ ਨਾਲ ਜੀ, ਉਹ ਸ਼ਾਂਤਮਈ ਰਹਿੰਦੇ ਹੋਏ ਇੱਕ ਵੋਟ ਦੀ ਜਿਹੜੀ ਪ੍ਰਣਾਲੀ ਹੈ ਉਹਦੇ ਰਾਹੀਂ ਉਹਨਾਂ ਨੇ ਇਸ ਰਾਜ ਪਲਟੇ ਦੇ ਪ੍ਰੋਸੈਸ ਦੇ ਵਿੱਚ ਹਿੱਸਾ ਲਿਆ ਜੀ, ਤੇ ਉਹਦੇ ਹੱਕ ਦੇ ਵਿੱਚ ਵੋਟਾਂ ਪਾਈਆਂ ਜੀ, ਨਤੀਜਾ ਕੀ ਨਿਕਲਿਆ, ਕਿੱਥੇ ਗਈਆਂ ਉਹਨਾਂ ਦੀਆਂ ਵੋਟਾਂ ਜੀ, ਇਸੇ ਕਰਕੇ ਇਹ ਗੱਲ ਉਹਨਾਂ, ਜੇ ਉਹਨਾਂ ਨੂੰ ਉਹਨਾਂ 45-50% ਵੋਟਰਾਂ ਨੂੰ ਇਸ ਗੱਲ ਦਾ ਪਤਾ ਲੱਗੇ ਕਿ ਸਿਸਟਮ ਨੇ ਉਹਨਾਂ ਦੀ ਐਸੀ ਤੈਸੀ ਦਿੱਤੀ ਹੈ ਜੀ, ਸਿਸਟਮ ਨੇ ਉਹਨਾਂ ਦੀਆਂ ਜੜਾਂ 'ਚ ਤੇਲ ਦਿੱਤਾ ਜੀ, ਤਾਂ ਫਿਰ ਉਹ ਕੀ ਕਰਨਗੇ, ਉਹਨਾਂ ਦਾ ਹੱਥ ਹਥਿਆਰ ਤੇ ਜਾਊਗਾ ਕਿ ਨਹੀਂ ਜਾਊਗਾ, ਜਾਊਗਾ, ਤੇ ਉਹ ਇਹ ਗੱਲ ਸੋਚਣ ਲਈ ਮਜਬੂਰ ਹੋਣਗੇ ਕਿ ਜੇ ਸ਼ਾਂਤਮਈ ਤਰੀਕੇ ਨਾਲ ਅਸੀਂ ਆਪਣੇ ਹੁਕਮਰਾਨਾਂ ਨੂੰ ਬਦਲ ਨਹੀਂ ਸਕਦੇ ਤੇ ਸਾਡੀ ਵੋਟ ਦਾ ਜਿਹੜਾ ਉਹ ਕਾਰਜ ਹੈ, ਵੋਟ ਪਾਉਣ ਦਾ ਕਾਰਜ ਹੈ, ਉਹ ਨਿਰਾਰਥਕ ਹੈ ਇਸ ਸਿਸਟਮ ਦੇ ਵਿੱਚ, ਤਾਂ ਫਿਰ ਉਹਦੀ ਸਿੱਧੀ ਸਿੱਧੀ ਇੱਕ ਉਹਨਾਂ ਨੂੰ ਸੁਨੇਹਾ ਲੈ ਲੈਣਾ ਚਾਹੀਦਾ ਇਸ ਪ੍ਰੋਗਰਾਮ ਦੇ ਜ਼ਰੀਏ ਕਿ ਉਹ ਗੁਲਾਮ ਨੇ ਜੀ, ਲੋਕਾਂ ਨੂੰ ਬਹੁਤ ਜਾਗਰੂਕ ਕਰਨ ਤੋਂ ਬਾਅਦ ਵੀ ਲੋਕ ਜਾਗਰੂਕ ਹੋ ਵੀ ਗਏ ਔਰ ਵੋਟਾਂ ਵੀ ਤੁਹਾਡੇ ਕਹਿੰਦੇ ਮੁਤਾਬਕ ਪਾ ਕੇ ਦੇਖ ਲਈਆਂ, ਲੇਕਿਨ ਸਿਸਟਮ ਆਪਣੇ ਆਪ 'ਚ ਇੱਕ ਬਹੁਤ ਵੱਡੀ ਪ੍ਰੋਬਲਮ ਹੈ ਔਰ ਬੜੇ ਖਤਰਨਾਕ ਦੌਰ ਵੱਲ ਜਾ ਰਹੇ ਹਾਂ ਅਸੀਂ, ਜਿਵੇਂ ਤੁਸੀਂ ਗੱਲ ਵੀ ਕੀਤੀ ਸੋਸ਼ਲ ਮੀਡੀਆ 'ਤੇ ਚਰਚਾ ਕਰ ਲਈਏ ਚਾਹੇ ਜਿੱਥੇ ਮਰਜ਼ੀ ਕਰ ਲਈਏ ਕਿ ਇੱਕ ਬੰਦਾ ਦਾ ਗਾਲ ਕੱਢ ਕੇ ਸ਼ਾਂਤ ਹੋ ਗਿਆ ਔਰ ਜਾਂ ਅਸੀਂ ਲਾਈਕ ਲੈ ਕੇ ਜਾਂ ਵਾਹ ਵਾਹ ਖੱਟ ਕੇ ਸੋਸ਼ਲ ਮੀਡੀਆ 'ਤੇ ਸ਼ਾਂਤ ਹੋ ਗਏ, ਉਸ ਤੋਂ ਬਾਅਦ ਕੀ, ਉਸ ਤੋਂ ਬਾਅਦ ਜੇ ਸ਼ਾਂਤਮਈ ਤਰੀਕੇ ਨਾਲ ਪ੍ਰੋਟੈਸਟ ਨਾਲ ਜਾਂ ਕਿਸੇ ਵੀ ਤਰੀਕੇ ਨਾਲ ਉਹ ਹੱਲ ਨਹੀਂ ਆ ਤਾਂ ਉਸ ਤੋਂ ਬਾਅਦ ਕੀ ਆ, ਜਾਂ ਕਿ ਕਹਿ ਸਕਦੇ ਹਾਂ ਅਸੀਂ ਪਾਪ ਦਾ ਘੜਾ ਹਾਲ ਤੱਕ ਭਰਿਆ ਨਹੀਂ, ਅੱਤ ਤੇ ਖੁਦਾ ਦਾ ਵੈਰ ਹੁੰਦਾ ਹੈ, ਇਹਦਾ ਮਤਲਬ ਅੱਤ ਹਲੇ ਹੋਰ ਹੋਣੀ ਬਾਕੀ ਹੈ, ਪਾਪ ਦਾ ਘੜਾ ਭਰਿਆ ਹੋਇਆ ਜੀ, ਉਹ ਲਗਾਤਾਰ ਉਛਲ ਵੀ ਰਿਹਾ ਤੇ ਜਿਹੜੇ ਪਾਪੀ ਲੋਕ ਨੇ ਉਹ ਘੜੇ ਚੋਂ ਗਲਾਸ ਭਰ ਕੇ ਉਹ ਪਾਪ ਦਾ ਫੇਰ ਪੀ ਲੈਂਦੇ ਨੇ, ਕਹਿੰਦੀ ਉਹ ਹੋਰ ਭਰੀ ਜਾਂਦਾ ਤੇ ਉਹ ਪੀ ਜਾਂਦੇ ਨੇ, ਡੁੱਲਣ ਨਹੀਂ ਦੇ ਰਹੇ। ਸੋ ਮੈਨੂੰ ਲੱਗਦਾ ਭਰਨਾ ਪੈਣਾ ਇਹ ਘੜਾ ਇਹਨਾਂ ਦਾ, ਨਹੀਂ ਤਾਂ ਇਹਨਾਂ ਨੇ ਪਾਪ ਪੀ ਪੀ ਕੇ ਹੋਰ ਪਾਪੀਆਂ ਨੇ ਇਹ ਇੱਥੇ ਜ਼ੁਲਮ ਕਰਦੇ ਰਹਿਣਾ ਜੀ। ਬੜੀ ਅਸੀਂ ਜਦੋਂ ਵੋਟ ਪਾਉਣ ਜਾਂਦੇ ਹਾਂ ਲਾਈਨ ਦੇ ਵਿੱਚ ਖੜੇ ਹੁੰਦੇ ਹਾਂ ਤਾਂ ਇਹੋ ਹੀ ਸੋਚਦੇ ਹਾਂ, ਇੱਕ ਦੂਜੇ ਦੇ ਚਿਹਰਿਆਂ ਤੋਂ ਅਸੀਂ ਅੰਦਾਜ਼ੇ ਲਾਉਂਦੇ ਹਾਂ ਜੀ ਕਿ ਇਹ ਜੇ ਸ਼ਾਂਤ ਆ, ਇਹ ਜੇ ਚੁੱਪ ਹੈ,
ਤੇ ਚਿਹਰੇ ਦੇ ਉੱਤੇ ਮੁਸਕਰਾਹਟ ਹੈ ਤਾਂ ਇਹਨੇ ਬਦਲਾਅ ਦੇ ਲਈ ਵੋਟ ਪਾਈ ਹੈ। ਜੇ ਉਹਦੇ ਚਿਹਰੇ ਦੀ ਜਿਹੜੀ ਮੁਸਕਰਾਹਟ ਹੈ ਅਸ਼ਲੀਲ ਕਿਸਮ ਦੀ ਹੈ, ਘਟੀਆ ਕਿਸਮ ਦੀ ਹੈ, ਫਿਰ ਉਹਨੇ ਹੁਕਮਰਾਨ ਨੂੰ ਵੋਟ ਪਾਈ ਹੈ। ਤੇ ਜੇ ਜੇ ਉਹ ਕੁਛ ਅਜੀਬ ਤਰ੍ਹਾਂ ਦੀਆਂ ਹਰਕਤਾਂ ਕਰ ਰਿਹਾ ਲਾਈਨ ਦੇ ਵਿੱਚ ਖੜਾ ਹੋਇਆ ਵੋਟ ਪਾਉਣ ਦੇ ਲਈ, ਤਾਂ ਉਹਨੇ ਹੋ ਸਕਦਾ ਕਿ ਕਾਂਗਰਸ ਨੂੰ ਵੋਟ ਪਾਈ ਹੋਵੇ। ਪਰ ਬਹੁਤੇ ਮੈਂ ਲਾਈਨਾਂ ਦੇ ਵਿੱਚ ਖੜੇ ਲੋਕ ਦੇਖੇ ਕਿ ਉਹ ਹਲਕੀ ਹਲਕੀ ਮੁਸਕਰਾਹਟ ਸੀ ਉਹਨਾਂ ਦੇ ਚਿਹਰਿਆਂ ਦੇ ਉੱਤੇ, ਉਹਨਾਂ ਦੀਆਂ ਅੱਖਾਂ ਦੇ ਵਿੱਚ ਚਮਕ ਸੀ, ਤੇ ਉਹ ਕਿਸੇ ਆਸ ਦੇ ਨਾਲ ਲਾਈਨ ਦੇ ਵਿੱਚ ਖੜੇ ਸਨ। ਕਿਉਂਕਿ ਜਦੋਂ ਹਰ ਬੰਦਾ ਨਾਲ ਨਾਲ ਖੜਾ ਤਾਂ ਇੱਕ ਗੱਲ ਸਾਡੇ ਪਰਮਾਤਮਾ ਨੇ ਅਜਿਹੀ ਬਣਾਈ ਹੈ ਕਿ ਜਿਹੜਾ ਸਾਡਾ ਡੇਟਾ ਨਾ ਉਹ ਦਿਖਾਈ ਨਹੀਂ ਦਿੰਦਾ ਦਿਮਾਗ ਦੇ ਵਿੱਚ ਜਿਹੜਾ ਡੇਟਾ, ਤੇ ਉਹ ਇਹ ਭੇਦ ਹੈ, ਇਹੀ ਰੱਬੀ ਭੇਦ ਹੁੰਦਾ ਹੈ, ਇਹੀ ਰੱਬੀ ਭੇਦ ਹੈ। ਤੇ ਸਾਡੇ ਅੰਦਰ ਬਹੁਤ ਕੁਛ ਚੱਲ ਰਿਹਾ ਹੁੰਦਾ, ਤੇ ਤੁਸੀਂ ਵੀ ਮੈਨੂੰ ਇਸ ਵੇਲੇ ਦੇਖ ਰਹੇ ਹੋ, ਸਾਡੇ ਦਿਮਾਗ ਦੇ ਵਿੱਚ ਬਹੁਤ ਕੁਛ ਚੱਲ ਰਿਹਾ ਹੁੰਦਾ ਪਰ ਅਸੀਂ ਉਹ ਦੇਖ ਨਹੀਂ ਸਕਦੇ ਹੈਗੇ, ਤੇ ਕੀ ਵਿਚਾਰ ਕੀ ਚੱਲ ਰਿਹਾ ਉਹ ਵੀ ਅਸੀਂ ਦੇਖ ਨਹੀਂ ਸਕਦੇ। ਉਹ ਜਦੋਂ ਤੱਕ ਸ਼ਬਦ ਦੇ ਰੂਪ ਦੇ ਵਿੱਚ ਸਾਡੀ ਜ਼ੁਬਾਨ ਤੋਂ ਨਹੀਂ ਨਿਕਲਦੀ ਉਹ ਗੱਲ, ਉਦੋਂ ਤੱਕ ਸਾਨੂੰ ਅਭਾਸ ਨਹੀਂ ਹੁੰਦਾ ਹੈਗਾ। ਸੋ ਸਾਡੀ ਜ਼ੁਬਾਨ ਦੇ ਜਿਹੜੇ ਸ਼ਬਦ ਨਿਕਲ ਰਹੇ ਨੇ ਉਹਨਾਂ ਤੇ ਅਸੀਂ ਪੰਜਾਬ ਦੇ ਵਿੱਚ ਕਿਉਂਕਿ ਹਾਲਾਤ ਹੀ ਇਹੋ ਜਿਹੇ ਨੇ, ਅਸੀਂ ਇੱਕ ਦੂਜੇ ਦੇ ਉੱਤੇ ਯਕੀਨ ਕਰਨਾ ਛੱਡ ਦਿੱਤਾ, ਕਿਉਂਕਿ ਭਰੋਸੇਯੋਗ ਨਹੀਂ ਹੈਗੇ ਸ਼ਬਦ ਜਿਹੜੇ ਅਸੀਂ ਬੋਲ ਰਹੇ ਹਾਂ ਪੰਜਾਬ ਦੇ ਵਿੱਚ ਇੱਕ ਦੂਜੇ ਨੂੰ। ਉਹਨੂੰ ਝੂਠ ਮੰਨਿਆ ਜਾ ਰਿਹਾ ਹੈ, ਝੂਠ ਲੱਗਦਾ ਵੀ ਹੈ, ਝੂਠ ਬੋਲਿਆ ਵੀ ਜਾ ਰਿਹਾ ਹੈ। ਜੋ ਸਿਆਸੀ ਲੀਡਰਾਂ ਵੱਲੋਂ ਬੋਲਿਆ ਜਾਂਦਾ ਉਹ ਸਾਰਾ ਝੂਠ ਹੁੰਦਾ, ਤੇ ਉਹਨੂੰ ਸੁਣ ਸੁਣ ਕੇ ਲੋਕ ਇੰਨੇ ਅੱਕ ਗਏ ਨੇ, ਜਾਂ ਸਥਾਨਕ ਪੱਧਰ ਦੇ ਉੱਤੇ ਆਪਣੇ ਪਰਿਵਾਰਕ ਪੱਧਰ ਦੇ ਉੱਤੇ ਜਾਂ ਸਮਾਜਿਕ ਪੱਧਰ ਦੇ ਉੱਤੇ ਅਜਿਹੀਆਂ ਜਿਹੜੀਆਂ ਉਹਦੀਆਂ ਕਾਰਸਤਾਨੀਆਂ ਨੇ, ਕਰਤੂਤਾਂ ਨੇ, ਕਿ ਲੋਕਾਂ ਨੂੰ ਆਪਣੇ ਆਪ ਤੇ ਵੀ ਭਰੋਸਾ ਨਹੀਂ ਰਿਹਾ ਹੈ, ਨਹੀਂ ਰਿਹਾ ਜੀ ਭਰੋਸਾ। ਜਦੋਂ ਜਦੋਂ ਕਿਤੇ ਉਹਨੇ ਵੋਟ ਪਾਈ ਹੋਊਗੀ ਕਿਸੇ ਸੱਜਣ ਨੇ ਤਾਂ, ਤੇ ਜਦੋਂ ਉਹਦੇ ਨਤੀਜੇ ਨਿਕਲੇ ਹੋਣਗੇ, ਵੋਟਾਂ ਦੀ ਗਿਣਤੀ ਹੋਈ ਹੋਊ, ਤਾਂ ਉਹ ਹਰ ਬੰਦਾ ਇਹ ਸੋਚਦਾ ਹੋਊ ਕਿ ਲਾਈਨ ਦੇ ਵਿੱਚ ਜਿੰਨੇ ਲੋਕ ਖੜੇ ਸੀ, ਯਾਰ ਮੈਂ ਤਾਂ ਇੱਧਰ ਵੋਟ ਪਾਈ ਆ, ਦੂਜਿਆਂ ਨੇ ਉੱਧਰ ਪਾਤੀ ਹੋਊ ਜੀ, ਕਿਉਂਕਿ ਅਸੀਂ ਮੱਥੇ ਤੋਂ ਪੜ੍ਹ ਨਹੀਂ ਨਾ ਸਕਦੇ, ਡੇਟਾ ਨਹੀਂ ਪੜ੍ਹ ਸਕਦੇ ਜਿਹੜਾ ਫੀਡ ਹੋਇਆ ਅੰਦਰ। ਸੋ ਇਹ ਅੰਦਾਜ਼ੇ ਹੁਣ ਲਾ ਰਿਹਾ ਹਰ ਬੰਦਾ, ਤੇ ਜਿਹੜਾ ਸਿਸਟਮ ਦਾ ਤਰੀਕਾ ਇਸ ਨੂੰ ਮੈਨੂਪੁਲੇਟ ਕਰਨ ਦਾ ਜਾਂ ਵੋਟਿੰਗ ਮਸ਼ੀਨਾਂ ਨਾਲ ਛੇੜਛਾੜ ਕਰਨ ਦਾ, ਉੱਥੇ ਤੱਕ ਉਹਦਾ ਧਿਆਨ ਨਹੀਂ ਜਾ ਰਿਹਾ। ਸਿਰਫ ਉਹ ਇਹੋ ਹੀ ਸੋਚ ਰਿਹਾ ਕਿ ਠੀਕ ਹੈ ਮੈਂ ਤਾਂ ਵੋਟ ਪਾਤੀ ਸੀ, ਹੋ ਸਕਦਾ ਜਿਹੜਾ ਲਾਈਨ ਦੇ ਵਿੱਚ ਦੂਜਾ ਬੰਦਾ ਖੜਾ ਸੀ ਉਹਨੇ ਬਾਦਲਾਂ ਨੂੰ ਪਾਤੀ ਹੋਵੇ, ਉਹਨੇ ਕਾਂਗਰਸ ਨੂੰ ਪਾਤੀ ਹੋਵੇ। ਉਹ ਇਸ ਤਰੀਕੇ ਨਾਲ ਵੀ ਇੱਕ ਜਿਹੜੀ ਗੱਲਬਾਤ ਹੈ ਉਹਨੂੰ ਸ਼ਾਂਤ ਕਰਨ ਦੇ ਲਈ, ਇੱਕ ਉਹ ਕਹਿੰਦੇ ਨੇ ਦਿਲ ਨੂੰ ਖੁਸ਼ ਰੱਖਣ ਲਈ ਗੱਲ ਵੇ ਖਿਆਲ ਚੰਗਾ, ਹੈ ਨਾ, ਉਹ ਉਹਦੀ ਗੱਲ ਅੱਗੇ ਆ ਜਾਂਦੀ ਹੈ। ਫਿਰ ਉਹ ਬੰਦਾ ਆਪਣੇ ਆਪ ਨੂੰ ਤਸੱਲੀ ਐਸੇ ਕਰਕੇ ਇਹ ਸੋਚ ਕੇ ਦੇ ਲੈਂਦਾ ਕਿ ਮੈਂ ਤਾਂ ਵੋਟ ਪਾਤੀ ਸੀ, ਠੀਕ ਹੈ ਮੈਂ ਤਾਂ ਆਪਣਾ ਫਰਜ਼ ਨਿਭਾਤਾ, ਡਿਊਟੀ ਪੂਰੀ ਕਰਤੀ। ਹੋ ਸਕਦਾ ਦੂਜੇ ਨੇ ਕੋਈ ਖੇ ਖਰਾਬੀ ਕਰਤੀ ਹੋਵੇ।